ਪਠਾਨਕੋਟ ਦਾ ਇਲਾਕਾ ਨੀਮ ਪਹਾੜੀ ਹੋਣ ਦੇ ਕਾਰਨ ਅਕਸਰ ਸਰਦੀਆਂ 'ਚ ਜੰਗਲੀ ਜੀਵ ਜੰਗਲ ਤੋਂ ਬਾਹਰ ਆ ਜਾਂਦੇ ਹਨ ਜਿਸ ਦੇ ਨਾਲ ਲੋਕਾਂ 'ਚ ਕਈ ਵਾਰ ਖੌਫ ਬਣ ਜਾਂਦਾ ਹੈ। ਅੱਜ ਵੀ ਕੁਝ ਅਜਿਹਾ ਹੀ ਹੋਇਆ। ਦੱਸਦੇ ਕਿ ਪਠਾਨਕੋਟ ਦੇ ਹਲਕਾ ਭੋਆ ਦੇ ਪਿੰਡ ਸੁੰਦਰ ਚੱਕ ਦੇ ਕੋਲ ਇੱਕ ਬਾਗ 'ਚ ਜੰਗਲੀ ਜੀਵ ਆ ਗਿਆ ਜਿਸ ਦੇ ਨਾਲ ਪਹਿਲਾਂ ਤਾਂ ਲੋਕਾਂ 'ਚ ਖੌਫ ਪੈਦਾ ਹੋਇਆ ਪਰ ਜਦੋਂ ਲੋਕਾਂ ਨੇ ਜਾ ਕੇ ਦੇਖਿਆ ਤੇ ਉਹ ਜੰਗਲੀ ਜੀਵ ਸਾਂਬਰ ਜੋ ਕਿ 12 ਸਿੰਘਾਂ ਵਰਗਾ ਲੱਗ ਰਿਹਾ ਸੀ। ਇਸ ਤੋਂ ਪਹਿਲਾਂ ਕਿ ਉਸਨੂੰ ਕੁੱਤੇ ਆਪਣਾ ਸ਼ਿਕਾਰ ਬਣਾਉਂਦੇ ਪਿੰਡ ਵਾਲਿਆਂ ਨੇ ਉਸਨੂੰ ਫੜ ਲਿਆ। ਇਸ ਤੋਂ ਬਾਅਦ ਪਿੰਡ ਵਾਲਿਆਂ ਨੇ ਵਾਈਲਡ ਲਾਈਫ ਵਿਭਾਗ ਨੂੰ ਇਸ ਦੀ ਸੂਚਨਾ। ਮੈਂ ਰਮਿੰਦਰ ਸਿੰਘ, ਵਨ ਗਾਰਡ, ਜੰਗਲੀ ਜੀਵ ਰੇਂਜ ਪਠਾਨਕੋਟ ਤੋਂ। ਇਹ ਸਾਨੂੰ ਟੈਲੀਫੋਨ ਆਇਆ ਉੱਥੇ ਦਫ਼ਤਰ ਬੈਠਿਆਂ ਨੂੰ ਕਿ ਪਿੰਡ ਸੁੰਦਰ ਚੱਕ ਮੋਤੀ ਦੇ ਬਾਗ ਵਿੱਚ ਕੋਈ ਜੰਗਲੀ ਜਾਨਵਰ ਜਿਹੜਾ ਸਾਂਭਰ ਆ ਉਹ ਆਇਆ ਹੋਇਆ ਹੈ। ਅਸੀਂ ਮੌਕੇ 'ਤੇ ਟੀਮ ਨਾਲ ਲੈ ਕੇ ਅਤੇ ਇਹਦਾ ਜਿਹੜਾ ਵਾ ਉੱਥੋਂ ਰੈਸਕਿਊ ਕੀਤਾ, ਪਿੰਡ ਵਾਲਿਆਂ ਨੇ ਨਾਲ ਸਾਥ ਦਿੱਤਾ। ਹੁਣ ਅਸੀਂ ਇਹਨੂੰ ਇੱਥੋਂ ਅੱਗੇ ਕਥਲੌਰ ਜੋ ਜੰਗਲੀ ਜੀਵ ਵਣ ਵਿਭਾਗ ਦੀ ਸੈਂਚਰੀ ਹੈ ਉੱਥੇ ਅਸੀਂ ਇਹਨੂੰ ਰਿਲੀਜ਼ ਕਰਾਂਗੇ। ਇਹ ਭਾਅ ਜੀ ਇੱਦਾਂ ਸੀਗਾ ਵੀ 12 ਸਿੰਘ ਆ, ਇੱਕ ਨਾ ਮੁੰਡੇ 4 ਸਾਡੇ ਪਿੰਡ ਦੇ, ਰਾਜੂ ਭਾਅ ਜੀ ਆਪਣੇ, ਹੇਮਾ ਭਾਅ, ਵਜ਼ੀਰ ਅਤੇ ਕਿਸ਼ੋਰੀ ਮੁੰਡਾ। ਅਤੇ ਮੈਨੂੰ ਮੋਹਿਤ ਨੇ ਫੋਨ ਕੀਤਾ ਅੱਧਾ ਘੰਟਾ ਪਹਿਲੇ ਵੀ ਇਹਨਾਂ ਨੇ ਇੱਥੇ ਰੈਸਕਿਊ ਕੀਤਾ ਜਿਹੜਾ 12 ਸਿੰਘ ਆ, ਅਤੇ ਮੌਕੇ 'ਤੇ ਆ ਕੇ ਦੇਖਿਆ ਅਤੇ ਫਿਰ ਵਾਈਲਡ ਲਾਈਫ ਵਾਲਿਆਂ ਨੂੰ ਫੋਨ ਕੀਤਾ ਗਿਆ।